ਦਾ ਰਿਐਕਸ਼ਨ ਚੈਨਲ ਤੇ ਵੀਡੀਓ ਮੈਕਸਿਮਮ 10 ਮਿੰਟ ਦੀ 8 ਵੱਡੀ ਵੀਡੀਓ ਵੱਧ ਤੋਂ ਵੱਧ 11 12 10 ਮਿੰਟ ਦੀ ਹੁੰਦੀ ਆ ਸਾਡੀਆਂ ਵੀਡੀਓ 20 20 22 22 ਮਿੰਟ ਦੀਆਂ ਕਿਉਂ ਨੇ ਜੇ ਅਸੀਂ ਕਿਸੇ ਲਾਲਚ ਨੂੰ ਬਣਾਉਣੀ ਆ ਉਹਨਾਂ ਵੀਡੀਓ ਤਾਂ 10 ਮਿੰਟ ਦੇ ਹਿਸਾਬ ਨਾਲ ਹੀ 10 ਵੀਡੀਓ ਬਣਾ ਕੇ ਦਿਨ ਦੇ ਵਿੱਚ 5 5 ਸਿੱਟ ਦੀਏ ਜਲਦੀ ਪੈਸੇ ਪੂਏ ਚਾਪਣ ਦੇ 33 33 ਮਿੰਟ ਦੀ ਵੀ ਬਣਾਈ ਆ 33 ਸਭ ਤੋਂ ਵੱਧ ਵਧੀਆ ਰਿਸਪੌਂਸ ਵੀ ਉਸ ਗਾਣੇ ਨਾਲ ਆਇਆ ਸੀ ਮਿਊਜ਼ਿਕ ਆ ਸਿੱਧੂ ਸਿੱਧੂ ਕਰ ਦਿੰਦੇ ਆ ਬਸ ਉਹਨਾਂ ਦੇ ਥੱਲੇ ਕਮੈਂਟ ਕਰਦੇ ਜਾ ਕੇ ਕਿ ਉਹ ਬ੍ਰਦਰ ਕੈਂਟ ਅਕਤ ਸਿੱਧੂ ਲੈਜੈਂਡ ਸਾਡਾ ਭਰਾ ਉਹਨਾਂ ਦੇ ਉਹ ਕਰਦੇ ਤੇ ਇੱਥੇ ਆਪਣੇ ਵਾਲੇ ਜੇ ਕੋਈ ਗੱਲਾਂ ਦੱਸਦੇ ਤੇ ਇਹ ਜੇ ਲੋਕਾਂ ਕਰਕੇ ਕਈਆਂ ਕਰਕੇ ਨਾ ਇਹ ਗੱਲ ਚੱਲਦੀ ਆ ਨਹੀਂ ਤਾਂ ਇਹ ਗੱਲ ਕਹਿਣ ਦੀ ਲੋੜ ਨਾ ਪਵੇ ਕਿ ਇਕੱਠੇ ਹੋ ਜੋ ਇਕੱਠੇ ਹੋ ਜੋ ਹੋ ਨਹੀਂ ਸਕਦੇ ਯਾਰ ਪਿਛਲੇ ਰਿਐਕਸ਼ਨ ਦੇ ਵਿੱਚ ਸਪੈਸ਼ਲ ਕਿਹਾ ਕਿ ਇਹ ਇੰਡਸਟਰੀ ਜੋ ਮਰਜ਼ੀ ਹੋ ਜਾਵੇ ਕਲਾਕਾਰੀ ਦਾ ਕੋਈ ਖਾਸਾ ਸ਼ੌਂਕ ਨਹੀਂ ਸੀ ਦੋ ਚਾਰ ਬਾਲੇ ਘੈਂਟ ਜੇ ਬਣਦੇ ਚੱਕ ਕੇ ਕਈ ਕਹਿੰਦੇ ਚੱਲ ਜਾਂਦੇ ਉਹ ਸਕੂਟਰੀ ਐਕਟਿਵਾ ਤੇ ਘੁੰਮਦੇ ਐਕਟਿਵਾ ਤੇ ਘੁੰਮਦੇ ਰਹੇ ਹਰਿਆਣੇ ਵਾਲੇ ਭਰਾ ਭੈਣ ਵੀ ਸਮਝੇ ਜਿਹੜੇ ਸਮਝਦਾਰ ਨੇ ਉਹਨਾਂ ਨੇ ਵੀਡੀਓ ਪਾਈ ਆ ਠੀਕ ਆ ਵੀ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਕਿਉਂਕਿ ਗਾਣਾ ਸ਼ੁਰੂ ਹੁੰਦੇ ਸਾਰੀ ਕਲੈਪਾਂ ਕਰਕੇ ਜੋਬਰ ਕਰਦਾ ਨਹੀਂ ਉਹ ਛੋੜ ਰਹੇ ਸੋਲੋ ਡੋਲੋ ਉਹ ਕਰੇ ਵੈਲਕਮ ਬੈਕ ਗਾਇਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਰਿਐਕਟ ਹਬ ਮੈਂ ਤੁਹਾਡਾ ਆਪਣਾ ਅਮਨਦੀਪ ਮੈਂ ਤੁਹਾਡਾ ਆਪਣਾ ਜਸਮੀਰ ਅੱਜ ਦੀ ਰਿਐਕਸ਼ਨ ਵੀਡੀਓ ਦਾ ਵਨ ਐਂਡ ਓਨਲੀ ਲੈਜੈਂਡ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਗਾਣੇ ਦਾ ਨਾਮ ਵੀ ਅੱਜ ਲੈਜੈਂਡ ਹੀ ਆ ਮਤਲਬ ਉਸ ਹਿਸਾਬ ਦੇ ਟਾਈਮ ਤੇ ਲੋਕੀ ਗੱਲਾਂ ਕਰਦੇ ਨਾ ਕਿ ਆਪਣੇ ਆਪ ਨੂੰ ਲੈਜੈਂਡ ਕਹੀ ਜਾਂਦਾ ਐਡੀ ਛੋਟੀ ਉਮਰ ਦਾ ਲੈਜੈਂਡ ਜੇ ਉਹ ਹਨ ਤੇ ਗਾਣਾ ਲਿਖਿਆ ਕੰਪੋਜ਼ ਕੀਤਾ ਤੇ ਗਾਇਆ ਤਾਂ ਤੁਹਾਡੇ ਆਪਣੇ ਸਭ ਦੇ ਆਪਣੇ ਸਿੱਧੂ ਮੂਸੇਵਾਲਾ ਤੇਰਾ ਦਿਲ ਦਾ ਨਹੀਂ ਮਾੜਾ ਮਿਊਜ਼ਿਕ ਬਾਏ ਦਾ ਕੈਡ ਤੇ ਵੀਡੀਓ ਬਾਏ ਸੁਕਰਨ ਪਾਠਕ ਤੇ ਰੂਪਨ ਭਰਤਵਾਜ ਪ੍ਰੋਜੈਕਟ ਬਾਏ ਹੈਗਾ ਵਾ ਚਰਨਜੀਤ ਸਿੰਘ ਤੇ ਡਿਜੀਟਲ ਪ੍ਰਮੋਸ਼ਨ ਹੈਗਾ ਗੋਲਡ ਮੀਡੀਆ ਸੁਣਦੇ ਆ ਲਿਰਿਕਸ ਤੇ ਧਿਆਨ ਦਿੰਨੇ ਆ ਕੀ ਹੈਗਾ ਇਹਦੇ ਵਿੱਚ ਬਾਕੀ ਇੰਟਰੋ ਕੋਈ ਦੇਖਦਾ ਤਾਂ ਹੈ ਨਹੀਂ ਗਾ ਲੰਬੀ ਜ਼ਿਆਦਾ ਬਣਾਉਂਦਾ ਕੋਈ ਫਾਇਦਾ ਨਹੀਂ ਵੱਧਦੇ ਆ ਵੀਡੀਓ ਵੱਲ ਸਟੇ ਟਿਊਨ ਲੈਟਸ ਸੀ ਯੇ ਦ ਕਿਡ ਆਊਟ ਪਹਿਲਾ ਸ਼ਾਟ ਹੀ ਕਿੱਡਾ ਘੈਂਟਾ ਭੰਮੀਰੀ ਵਾਂਗੂ ਘੁਮਾਏ ਪਈ ਸੀ ਸਾਰੇ ਜਿਵੇਂ ਮਸ਼ੀਨ 'ਚ ਕੱਪੜੇ ਨਹੀਂ ਗੇੜੇ ਦਿੰਦੇ ਹੁੰਦੇ ਬਰੋੜਾ ਉਹ ਵਾਲਾ ਕੰਮ ਹੋਇਆ ਪਿਆ ਉਹ ਸ਼ਾਟ ਲਿਆ ਹੋਇਆ ਕਿ ਗੇੜੀ ਖਵਾਏ ਪਏ ਆ ਪੱਕੀ ਗੱਲ ਆ ਚੜਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਆ ਹੋ ਅਨਲਿਮਿਟਡ ਚੱਲਦੇ ਆ ਵਹਿਰਦੀ ਲਿਮਿਟਡ ਅਕਾਊਂਟ ਨੇ ਬ੍ਰੈਥ ਦੇ ਮੈਂ ਦੁਨੀਆ ਦੇ ਓਪੋਜ਼ਿਟ ਚੱਲਦਾ ਤੇ ਪੈਰਲ ਚੱਲਦਾ ਆ ਡੈਥ ਦੇ ਕਈਆਂ ਦੇ ਤੰਦਲਾਂ ਵਿੱਚ ਰਹਿਣਾ ਆ ਸੱਚ ਯਾਰ ਮਤਲਬ ਕਿਹੜੇ ਟਾਈਮ ਦੇ ਉੱਤੋਂ ਹੀ ਬੰਦਾ ਮਤਲਬ ਕਿ ਉਹਨੂੰ ਪਤਾ ਹੀ ਸੀ ਯਾਰ ਜਿਹੜੀਆਂ ਜਿਹੜੀਆਂ ਚੀਜ਼ਾਂ ਸਹੀ ਗੱਲ ਆ ਯਾਰ ਇਹ ਕੋਈ ਹੋਰ ਹੀ ਰੂਹ ਸੀ ਬੰਦਾ ਹਨਾ ਆਮ ਇਹਨੂੰ ਆਮ ਇਨਸਾਨ ਨਹੀਂ ਕਹਿ ਸਕਦੇ ਆਪਾਂ ਰੱਬੀ ਰੂਹ ਸੀ ਬੰਦੇ ਦੇਖ ਲੈ ਯਾਰ ਬੰਦੇ ਨੂੰ ਕਿੱਥੋਂ ਤੱਕ ਕਿਹੜੀ ਕਿਹੜੀ ਚੀਜ਼ ਦਾ ਪਤਾ ਹੀ ਲਿਰਿਕਸ ਦੇ ਉੱਤੇ ਦੇਖ ਤੂੰ ਨਹੀਂ ਮੈਂ ਪੈਰ ਲੜ ਚੱਲਦਾ ਆ ਡੈਥ ਦੇ ਸੁਣਦੇ ਆ ਦੁਬਾਰਾ ਸ਼ੋਟ ਚੈੱਕ ਕਰਿਓ ਜਦੋਂ ਇੱਕੋ ਦਮ ਬੀਟ ਦੇ ਨਾਲ ਕਲਰ ਹੋ ਕੇ ਵੀਡੀਓ ਬਲੈਕ ਐਂਡ ਵਾਈਟ ਹੁੰਦੀ ਆ ਹੋ ਅਨਲਿਮਿਟਡ ਚੱਲਦੇ ਆ ਵਹਿਰ ਦੀ ਲਿਮਿਟਡ ਅਕਾਊਂਟ ਨੇ ਬ੍ਰੈਥ ਦੇ ਮੈਂ ਦੁਨੀਆ ਦੇ ਓਪੋਜ਼ਿਟ ਚੱਲਦਾ ਤੇ ਪੈਰ ਦੇ ਲਈ ਚੱਲਦਾ ਆ ਡੈਥ ਦੇ ਕਈਆਂ ਦੇ ਤੰਦਲਾਂ ਵਿੱਚ ਰਹਿਣਾ ਆ ਕਈਆਂ ਦੇ ਤਾਂ ਸਮਝੋ ਵੀ ਬਾਹਰ ਨਹੀਂ ਆਓ ਯਾਰਾਂ ਵਿੱਚ ਇਹ ਦੀ ਆਉਂਦੀ ਮਿੱਠੀ ਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨਹੀਂ ਜੱਗਾਂ ਵਿੱਚ ਇਹ ਜੇ ਆਉਂਦੀ ਮਿੱਠੀ ਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਨਹੀਂ ਬੜੇ ਲੋਕਾਂ ਨੇ ਧੂੜ ਗੱਡੀ ਬੜੇ ਲੋਕਾਂ ਦੀ ਲਾਟ ਵੱਜੀ ਸੀ ਉਹ ਟਾਈਮ ਜਦੋਂ ਇਹ ਗਾਣਾ ਆਇਆ ਸੀ ਲੈ ਏਡੀ ਉਮਰ ਦਾ ਲੈਜੈਂਡ ਹੁੰਦਾ ਇਹ ਹੁੰਦੇ ਆ ਲੈਜੈਂਡ ਹਨਾ ਏਦਾਂ ਨਹੀਂ ਲੈਜੈਂਡ ਹੁੰਦੇ ਜੇ ਉਹ ਦਿਖਾਤਾ ਪੱਟੂ ਨੇ ਲੈਜੈਂਡ ਹੁੰਦੇ ਆ ਤੇ ਜੇ ਕਿਹਾ ਵਾ ਤੇ ਆਪਦੀ ਜ਼ਬਾਨ ਤੇ ਖਰਾ ਉਤਰਿਆ ਉਹ ਦੁਨੀਆ ਐਵੇਂ ਨਹੀਂ ਅੱਜ ਕੱਲ ਸੱਜਦਾ ਕਰਦੀ ਸਿੱਧੂ ਸਿੱਧੂ ਹੋਈ ਪਈ ਆ ਦੁਨੀਆ ਮੰਨ ਗਈ ਵਾਕਈ ਲੈਜੈਂਡ ਇੰਨੇ ਦਿਨ ਹੋ ਗਏ ਸੀਕਾ ਸਰੀਰਕ ਤੌਰ ਤੇ ਵੱਖ ਹੋਏ ਨੂੰ ਆਪਣੇ ਉੱਥੋਂ ਸਾਂਝ ਜੱਟ ਨੂੰ ਸਹੀ ਆ ਪਰ ਜਦੋਂ ਦਾ ਗਿਆ ਵਾ ਉਦੋਂ ਦਾ ਵਰਲਡ ਦੇ ਵਿੱਚੋਂ ਹਰ ਇੱਕ ਬੰਦੇ ਦੇ ਅੰਦਰੋਂ ਕੋਈ ਨਾ ਕੋਈ ਚੀਜ਼ ਲੈ ਗਿਆ ਸਹੀ ਗੱਲ ਆ ਕੋਈ ਵੀ ਬੰਦਾ ਮਤਲਬ ਦੁਬਾਰਾ ਆਪਣੀ ਨੋਰਮਲ ਲਾਈਫ 'ਚ ਅਜੇ ਨਹੀਂ ਆਇਆ ਚਾਹੇ ਕੋਈ ਆਪਾਂ ਆਰਟਿਸਟ ਲਾ ਲਈਏ ਜਿਹੜੇ ਮਿਲੇ ਹੋਏ ਸੀ ਸਿੱਧੂ ਨੂੰ ਹੈ ਨਾ ਜਿਹੜੇ ਨਹੀਂ ਵੀ ਮਿਲੇ ਸੀ ਜਸੜ ਬਾਈ ਵਰਗੇ ਅਤੇ ਬਾਕੀ ਫੈਨਸ ਆ ਜਿਹੜੇ ਭਰਾ ਸੀਗੇ ਹੈ ਨਾ ਉਹ ਸਾਰੇ ਤਾਂ ਪਤਾ ਹੀ ਆ ਕਿ ਕਮੈਂਟਾਂ ਦੇ ਵਿੱਚ ਅਤੇ ਮੈਸੇਜਸ ਦੇ ਵਿੱਚ ਹੈ ਨਾ ਇੰਸਟਾਗ੍ਰਾਮ 'ਤੇ ਪਤਾ ਲੱਗ ਹੀ ਜਾਂਦਾ ਯਾਰ ਜਿਨ੍ਹਾਂ ਇਹ ਸੱਚੇ ਦਿਲੋਂ ਦਿਲ 'ਚ ਅਤੇ ਦਿਮਾਗ 'ਚ ਨਾ ਉਹਨਾਂ ਨੂੰ ਤਾਂ ਬਾਕੀ ਉਹਨਾਂ ਤਾਂ ਦੂਰ ਗਿਆ ਹੀ ਨਹੀਂ ਗੱਲ ਇੱਥੇ ਵੀ ਸੱਚ ਹੀ ਕਹਿ ਦੀ ਕਹਿੰਦਾ ਕਈਆਂ ਦੇ ਤਾਂ ਦਿਲਾਂ ਵਿੱਚ ਰਹਿਣਾ ਆ ਕਈਆਂ ਦੇ ਤਾਂ ਸਮਝੋ ਵੀ ਬਾਹਰ ਨਹੀਂ ਹੁਣ ਜਿਵੇਂ ਗਾਣਾ ਆਇਆ ਸੀ ਐਸ ਵਾਈ ਐਲ ਠੀਕ ਆ ਆਉਂਦੇ ਸਰ ਦੇਖ ਲਓ ਗਾਣੇ ਨੇ ਕਿੱਡੀ ਕਰ ਦਿਠਾਈ ਪੀ ਇੱਕ ਅਲੱਗ ਹੀ ਲੈਵਲ ਤੇ ਡਰੇਕ ਦਾ ਗਾਣਾ ਵੀ ਥੱਲੇ ਰਹਿ ਗਿਆ ਮਤਲਬ ਇੰਨੇ ਲੈਵਲ ਤੱਕ ਹਾਈ ਚਲਾ ਗਿਆ ਸੀ ਗਾਣਾ ਹਨਾ ਵਿਊਜ਼
कमेंट ज्यादा है ना, रैकर्ड टुट गए यार बंदे दे गाने दे, सही है। पर कुछ ऐदां दी नीतियां करके गलत बयानबाजी करके वह गाना ब्लॉक करवाता, बंद मतलब डिलीट करवाता, मतलब उहदे विच कुछ है नहीं सी ऐदां दा। हरियाणे वाले भरा भैन भी समझे, जिहड़े समझदार ने उन्होंने वीडियो पाई आ कि भी ऐदां दी कोई गल है ही नहीं, क्योंकि गाना शुरू हुंदे सार ही कहा भी सानू साडा पिछोकड़ ते साडा लाणा मुठी दिओ, पंजाब अपना चंडीगढ़ हिमाचल ते हरियाणा दे दिओ, है ना। सॉरी यार लाइट इन्नी पक्का चलाता इनवर्टर की आवाज आऊगी तां करके थोड़ा जिहा ना। हरियाणे जिन्हां नूं जिहड़े कुछ क बंदे, सारे नहीं कुछ क बंदे, दो चार सिर्फ पोलिटिकल पार्टियां नाल ही ने, बीजेपी नाल ही आओ ते उहनां दे ही बस लाट मारदे। चलो गल्लां लंबियां हो जाणियां यार। ਧੋਖੇੜਾ ਕੋਈ ਚਾਂਸ ਨੀ ਆ, ਆਓ ਜੱਟ ਦੀ ਮਸ਼ੂਕ ਕੋਈ ਨਾਰ ਨੀ, ਆਓ ਯੰਗਾਂ ਵਿੱਚ ਆਉਂਦੀ ਮਿੱਠੀਏ ਤੇ ਲੈ ਜਿਹੜਾ ਚੂ ਆਉਂਦਾ ਤੇਰਾ ਯਾਰ ਨੀ, ਯੰਗਾਂ ਵਿੱਚ ਇਹ ਜੇ ਆਉਂਦੀ ਮਿੱਠੀਏ ਲੈ ਜਿਹੜਾ ਚੂ ਆਉਂਦਾ ਤੇਰਾ ਯਾਰ ਨੀ। छे पैंदियां ने धोखे का कोई चांस नहीं, जट दी मशूक कोई नार नहीं। वाकई गल सच्ची आ यार, बंदा राज करदा इंडस्ट्री ते करदा रहूगा मैन, ठीक है ना। अगल कड्डी घैंट कह गया हीरो बनदे आ मेरी है बसेंस ते, कहिंदा पंपां विच आके साले उडदे, मैं पंप एक्शन चढ़ाई तां लसंस ते। गल सच आ के कई आ पंप दे विच आ गए ना, सिद्धू नूं आ सिद्धू दा गाना आयो सी, ओह सी स्टोरियां पा दिंदे, पर ਜਿਨ੍ਹਾਂ ਨੂੰ ਨਹੀਂ ਪਤਾ ਸੀ ਨਾ ਸਿੱਧੂ ਕੀ ਸੀ ਜਾਂ ਉਵੇਂ ਬਿਨਾਂ ਮਤਲਬ ਤੋਂ ਰਿਪਲਾਈ ਦੇਈ ਜਾਂਦੇ ਸੀ, ਅੱਜ ਖੂੰਜੇ ਲਾਏ ਪਏ, ਅੱਜ ਉਹਨਾਂ ਇੱਕ ਤਰ੍ਹਾਂ ਦੇ ਉਹ ਡਿਪਰੈਸ ਹੋਏ ਪਏ ਆ ਯਾਰ, ਵੀ ਅਸੀਂ ਤਾਂ ਕੀ ਸਮਝੀ ਜਾਂਦੇ ਸੀ। ਜਿਹੜੇ ਬੰਦੇ ਨੂੰ ਹੀ ਨਹੀਂ ਪਤਾ ਸੀ, ਖੁਦ ਨੂੰ ਸਿੱਧੂ ਨੂੰ ਨਹੀਂ ਪਤਾ ਸੀ ਉਹ ਕਿੱਡੀ ਵੱਡੀ ਚੀਜ਼ ਆ, ਬਾਕੀ ਉਹਨੂੰ ਕੀ ਕਿਹੜਾ ਬੰਦਾ ਜੱਜ ਕਰ ਲੂ ਜਾਂ ਕਿਹੜਾ ਬੰਦਾ ਉਹਨੂੰ ਕੰਪੇਅਰ ਕਰ ਲੂ। ਜਾਂ ਸੀਰੀਅਸਲੀ ਮੈਂ ਜਿਹੜੀ ਗੱਲ ਕਹੀ ਸੀ ਨਾ ਕਿ ਮੇਰੇ ਨਾਲ ਕੰਪੀਟੀਸ਼ਨ ਕੋਈ ਏਦਾਂ ਦਾ ਲੈਵਲ ਹੈ ਹੀ ਨਹੀਂ ਵੀ ਕੋਈ ਮੇਰੇ ਨਾਲ ਤੁਸੀਂ ਕੰਪੀਟੀਸ਼ਨ ਕਰੋ ਜਾਂ ਕਰ ਪਾਓ, ਹੈ ਨਾ। ਸਾਡੇ ਲੈਵਲ ਦੇ ਨਹੀਂ ਹਾਣ ਦੀ ਔਨਲਾਈਨ ਬੀਫ ਚੜੇ ਕਰਦੇ, ਕੁਝ ਮੇਰਾ ਬਾਲ ਵੀ ਨਹੀਂ ਪੱਟਦੇ, ਇੰਟਰਵਿਊ ਚੈੱਕ ਕਰ ਲਈ ਆਓ ਪਿੱਛੋਂ ਵਿੱਚੀ ਫਾਈਨ ਸਾਲੇ ਜੱਟ ਦੇ, ਦੇਖ ਕੇ ਤਰੱਕੀ ਜਰੀ ਜਾਵੇ ਨਾ, ਐਵੇਂ ਸਾਲੇ ਖਾਂਦੇ ਰਹਿੰਦੇ ਖਾਰੀ, ਜੰਗਾਂ ਵਿੱਚ ਆਉਂਦੀ ਮਿੱਠੀਏ ਤੇ ਲਾਏ ਜਿਹੜਾ। ਆ ਸਟੈਪ ਇਹਦਾ ਇੰਨਾ ਵਾਇਰਲ ਹੋਇਆ ਸੀ ਨਾ, ਇੰਨਾ ਵਾਇਰਲ ਹੋਇਆ ਸੀ ਇਹ ਸਟੈਪ, ਜਿਹੜਾ ਇੱਦਾਂ ਇੱਦਾਂ ਬਾਹਾਂ ਕਰਕੇ ਕਰਦਾ ਉਸਤਾਦ, ਬੜਾ ਵਾਇਰਲ। ਇਹਦੇ ਸਾਈਨ ਸਟਾਈਲ ਨੱਚਣ ਦਾ, ਜਿਹੜੇ ਹਿੱਪ ਹੋਪ ਜਿਵੇਂ ਪੰਜਾਬੀ ਗਾਣੇ ਵਿੱਚ ਹਿੱਪ ਹੋਪ ਸਟੈਪ ਕਰਦਾ ਸੀ ਨਾ ਮਿਊਜ਼ਿਕ ਲੈ ਕੇ, ਇਹ ਚੀਜ਼ਾਂ ਯਾਰ ਕੋਈ ਨਹੀਂ ਕਰ ਸਕਦਾ ਮੈਂ, ਸੀਰੀਅਸਲੀ ਯਾਰ ਬੰਦੇ ਦੀਆਂ ਗੱਲਬਾਤ ਹੀ ਅਲੱਗ, ਆਵਾਜ਼ ਬੜਾ ਗਾਉਣ ਦਾ ਤਰੀਕਾ ਬਾਕੀ ਕੋਈ ਨਹੀਂ। ਆਪਾਂ ਲੋਕੀ ਉਹਨੇ ਉਹਦੀ ਸ਼ਕਲ ਇੱਦਾਂ ਵਾ, ਉਹ ਫਲਾਨਾ ਵਾ, ਉਹ ਇੱਦਾਂ ਉਸਤਾਦ, ਦੁਨੀਆ ਮੂਹਰੇ ਲਾ ਲਈ ਅਗਲੇ ਨੇ ਬੰਦੇ ਨੇ ਰਾਜ ਅੱਜ ਦੇ ਟਾਈਮ ਚ ਵੀ, ਜਿਹੜੇ ਜਿਹੜੇ ਆਪਦੇ ਆਪ ਨੂੰ ਘੈਂਟ ਬਣਦੇ ਸੀ ਕਿ ਸਾਡੀਆਂ ਸ਼ਕਲਾਂ ਸੋਹਣੀਆਂ ਨੇ, ਜੇ ਆ ਉਹ ਆ, ਉਹਨਾਂ ਨੂੰ ਅਗਲੇ ਚਾਹੇ ਕੁਛ ਮਰਜ਼ੀ ਕੱਢ ਲਓ, ਜਿੰਨੀਆਂ ਮਰਜ਼ੀ ਈਪੀਆਂ ਕੱਢ ਲਓ, ਜਿਹਨਾਂ ਨਾਲ ਮਰਜ਼ੀ ਕਲੈਬ ਕਰ ਲਓ, ਕੀ ਗੱਲ ਆ, ਇਹਦੇ ਨਾਲ ਕੋਈ ਮੁਕਾਬਲਾ ਨਾ ਸੀ ਨਾ ਹੈ ਤੇ ਨਾ ਹੋਣਾ। ਆਰਟਿਸਟ ਪੇਡ ਕਲੈਬਾਂ ਕਰਦੇ ਆ ਤੇ ਇਹਨੂੰ ਫੋਨ ਕਰਦੇ, ਇਹਨਾਂ ਤਰਸਦੇ ਸੀ ਕਰਨ ਨੂੰ, ਇਹਨੂੰ ਫੋਨ ਕਰਦੇ ਸੀ ਫੋਨ, ਰਾਜਾ ਕੁਮਾਰੀ ਹੋ ਗਈ, ਠੀਕ ਆ, ਹੋਰ ਬਾਹਰਲੇ ਹੋ ਗਏ ਜਿੰਨੇ, ਸਹੀ ਆ, ਸੋਨਮ ਬਾਜਵਾ ਕਹਿੰਦਾ ਸੋਨਮ ਬਾਜ ਮੂਸਟੇਪ ਦੇ ਵਿੱਚ ਜਿੰਨਿਆਂ ਨਾਲ ਵੀ ਕਲੈਬ ਕੀਤੀ ਆ, ਕਹਿੰਦਾ ਮੈਂ ਕਿਸੇ ਨੂੰ ਵੀ ਇੱਕ ਰੁਪਈਆ ਨਹੀਂ ਦਿੱਤਾ, ਕਿਸੇ ਨੇ ਮੇਰੇ ਤੋਂ ਇੱਕ ਰੁਪਈਆ ਨਹੀਂ ਲਿਆ, ਸਾਰੇ ਮੇਰੇ ਫਰੈਂਡ ਨਾਤੇ ਮੇਰੇ ਨਾਲ ਆਏ ਸੀਗੇ, ਨਾਲੇ ਅਗਲਾ ਪ੍ਰਾਊਡ ਫੀਲ ਕਰਦਾ ਤੇ ਏਡੇ ਏਡੇ ਲੈਵਲ ਦੇ ਆਰਟਿਸਟ ਨੇ ਮੂਸਟੇਪ ਦੇ ਵਿੱਚ, ਮੋਰਸੀਨ ਹੋ ਗਿਆ, ਹੋਰ ਹੋ ਗਏ, ਸਟੀਵ ਬੈਂਗਲ ਤਾਂ ਭਰਾ ਹੀ ਆ, ਮਤਲਬ ਸੋਨਮ ਬਾਜਵਾ, ਸੋਨਮ ਬਾਜਵਾ ਕਰੋੜਾਂ ਦੇ ਹਿਸਾਬ ਨਾਲ ਪੈਸੇ ਲੈਂਦੀ ਜੇ ਐਡ ਵੀ ਕਰਨੀ ਆ ਉਹਨੇ, ਸਹੀ ਗੱਲ ਆ, ਨੰਬਰ 1 ਤੇ ਆ ਸਹੀ ਇੱਕ ਤਰ੍ਹਾਂ ਉਹ ਐਕਟਰਸ ਦੇ ਵਿੱਚ, ਤੇ ਮੈਨ ਫਰੀ, ਸਾਰਾ ਗੁਰਪਾਲ ਹੋ ਗਈ,
ਸੋ ਸੁੱਖ ਸੰਘੀੜਾ ਵੀਡੀਓ ਡਾਇਰੈਕਟਰ ਹੋ ਗਿਆ, ਮਤਲਬ ਇੱਕ ਲਿੰਕ ਆ, ਇੱਕ ਬੰਦੇ ਦੀ ਕਮਾਈ ਆ। ਬਾਕੀ ਲੈਜੈਂਡ ਬੰਦੇ ਨੇ ਕਿਹੜੇ ਟਾਈਮਾਂ 'ਚ ਕਹਿਤਾ ਸੀ ਕਿ ਮੈਂ ਲੈਜੈਂਡ? ਸਹੀ ਗੱਲ ਆ, ਸੀਰੀਅਸਲੀ ਮੈਂ ਬੀਫ ਜਿਹੜੇ ਕਰਦੇ ਉਂਝ ਮੇਰਾ ਬਾਲ ਵੀ ਨੀ ਪੱਟਦੇ, ਇੰਟਰਵਿਊਆਂ ਚੈੱਕ ਕਰਦੀ ਆਓ ਵਿੱਚੋਂ ਵਿੱਚੀ ਫੈਨਸ ਵਾਲੇ ਯੱਟਦੇ, ਆਨਲਾਈਨ ਬੀਫ ਜਿਹੜੇ ਕਰਦੇ ਉਂਝ ਮੇਰਾ ਬਾਲ ਵੀ ਨੀ ਪੱਟਦੇ, ਇੰਟਰਵਿਊਆਂ ਚੈੱਕ ਕਰਦੀ ਆਓ ਵਿੱਚੋਂ ਵਿੱਚੀ ਫੈਨਸ ਵਾਲੇ ਯੱਟਦੇ, ਦੇਖ ਕੇ ਤਰੱਕੀ ਜਿਹੜੀ ਜਾਵੇ ਨਾ ਐਵੇਂ ਸਾਲੇ ਖਾਂਦੇ ਰਹਿੰਦੇ ਖਾਰੀ, ਆਓ ਜੰਗਾਂ ਵਿੱਚ ਇਹਦੇ ਆਉਂਦੀ ਮਿੱਠੀਏ ਸਟੈਂਡਿੰਗਾਂ ਚ ਤੁਰਦੇ ਆ ਵੇਲੇ, ਪੈਂਡਿੰਗਾਂ ਚ ਤੁਰਦੇ ਆ ਆਮਨੀ, ਪੈਂਡਿੰਗਾਂ ਚ ਲਾਈਫ ਮੇਰੀ ਚੜਦੀ ਆ, ਟ੍ਰੈਂਡਿੰਗਾਂ ਚ ਚੱਲੇ ਮੇਰਾ ਨਾਮ ਨੀ। ਪੱਕੀ ਗੱਲ ਆ ਯਾਰ, ਬੰਦਾ ਐਂਡਿੰਗ ਚ ਲਾਈਫ ਮੇਰੀ ਚੱਲਦੀ ਆ, ਸਹੀ ਗੱਲ ਆ ਯਾਰ, ਟ੍ਰੈਂਡਿੰਗਾਂ ਚ ਚੱਲੇ ਮੇਰਾ ਨਾਮ ਨੀ, ਕਹਿਣ ਦਾ ਮਤਲਬ ਕਿ ਬੰਦੇ ਨੂੰ ਦੇਖ ਲਓ ਸਾਰਾ ਕੁਛ ਪਤਾ ਸੀ, ਕਿਉਂਕਿ ਯਾਰ ਜਦੋਂ ਦਾ ਇੰਡਸਟਰੀ ਦੇ ਵਿੱਚ ਆਇਆ ਸੀ ਇਹਨੂੰ 2016-17 ਦੇ ਉੱਤੋਂ ਥ੍ਰੈਟ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਬੰਦੇ ਨੂੰ, ਸਹੀ ਆ, ਤੇ ਇਹਨੂੰ ਪਤਾ ਲੱਗ ਗਿਆ ਸੀ ਵੀ ਹਾਂ ਵੀ ਮੈਂ ਤਾਂ ਯਾਰ ਬੰਦੇ ਦਾ ਇੱਕ ਗੱਲ ਆ ਸਲਿਊਟ ਆ, ਝੁਕਿਆ ਨੀ, ਸਹੀ ਗੱਲ ਆ, ਪੱਕੀ ਗੱਲ, ਝੁਕਣ ਨੂੰ ਝੁਕ ਸਕਦਾ ਸੀ, ਝੁਕਿਆ ਨੀ ਬੰਦੇ, ਇਹਦੇ ਬੜੇ ਬੰਦਿਆਂ ਦੇ ਮੈਂ ਇੰਟਰਵਿਊਆਂ ਦੇਖਿਆ, ਮੈਂ ਸੁਣੀਆਂ ਗੱਲਾਂ, ਸੀਰੀਅਸਲੀ ਜਿਹੜੇ ਬੰਦੇ ਕਲੋਜ਼ ਸੀ ਬਹੁਤ ਜ਼ਿਆਦਾ ਕਹਿੰਦੇ ਇਹਦਾ ਆਪਦੀ ਲਾਈਫ ਸੀ, ਆਪਦੇ ਰੂਲ ਸੀ, ਬੰਦਿਸ਼ਾਂ 'ਚ ਰਹਿਣਾ ਨਹੀਂ ਪਸੰਦ ਕਰਦਾ ਜੀ, ਕਿ ਮੇਰੀ ਲਾਈਫ ਆ ਮੈਂ ਆਪਦੇ ਹਿਸਾਬ ਨਾਲ ਜਿਉਣੀ ਆ, ਮੈਂ ਕਿਸੇ ਦੇ ਰੂਲ ਰੈਗੂਲੇਸ਼ਨ ਨਾਲ ਨਹੀਂ ਜਿਉਣੀ। ਪਿੰਡ 'ਚ ਤਾਂ ਹੀ ਆਇਆ ਸਾਡੇ ਘਰ ਤੋਂ, ਕਿਉਂ ਆਪਣਾ ਆਰਾਮ ਨਾਲ ਪਿੰਡ 'ਚ ਰਹਿਣਾ ਵਾ, ਉਹੀ ਯਾਰ ਜਿਹੜੇ ਬੰਦੇ ਨੂੰ ਡਰ ਹੋਵੇ ਉਹ ਬੰਦਾ ਕਦੇ ਇਕੱਲਾ ਰਹਿੰਦਾ? ਉਹੀ ਨਹੀਂ ਰਹੂਗਾ, ਟਰੈਕਟਰ ਚੱਕ ਕੇ ਕਈ ਕਹਿੰਦੇ ਚੱਲ ਜਾਂਦੇ, ਉਹ ਸਕੂਟਰੀ ਐਕਟਿਵਾ ਤੇ ਘੁੰਮਦਾ ਰਹਿੰਦਾ ਹੁੰਦਾ ਸੀ ਉਸਤਾਦ, ਨਾਰਮਲ, ਉਹੀ ਇਹਨੂੰ ਖੁਦ ਨੂੰ ਨਹੀਂ ਪਤਾ ਸੀ ਕਿ ਮੈਂ ਕਿੱਡੀ ਵੱਡੀ ਚੀਜ਼ ਆ। ਵਾਕਈ ਸੀਰੀਅਸਲੀ ਮੈਂ ਫੋਟੋ ਨਿਤ ਨਵੀਂ ਖਬਰ ਨਾ ਚਾਰਦਾ ਜੋ ਸਾਡਾ ਇੰਸਟਾਗ੍ਰਾਮ ਅਖਬਾਰ ਦੀ, ਉਹ ਯੰਗਾ ਵਿੱਚ ਇਹਦੇ ਆਉਂਦੀ ਮਿੱਠੀਏ ਤੇ ਲੈ ਜਿਹੜਾ ਚੋਂ ਆਉਂਦਾ ਤੇਰਾ ਯਾਰ ਦੀ, ਯੰਗਾ ਵਿੱਚ ਇਹਦੇ ਆਉਂਦੀ ਮਿੱਠੀਏ ਤੇ ਲੈ ਜਿਹੜਾ ਚੋਂ ਆਉਂਦਾ ਤੇਰਾ ਯਾਰ ਦੀ, ਕਲਾਕਾਰੀ ਦਾ ਕੋਈ ਖਾਸਾ ਸ਼ੌਂਕ ਨਹੀਂ ਸੀ, 2-4 ਬਾਲੇ ਘੈਂਟ ਜੇ ਬਣਦੇ ਸੀ, ਉਹਨਾਂ ਦੀ ਧੌਣ ਚ ਕਿੱਲਾ ਸੀ ਉਹ ਕੱਢਣਾ ਸੀ, ਕਹਿੰਦਾ ਕੱਢਿਆ ਵੀ ਆ, ਪੱਕੀ ਗੱਲ ਆ, ਕੱਢਿਆ ਵੀ ਆ ਯਾਰ, ਸੀਰੀਅਸਲੀ ਮੈਂ, ਸਾਂ ਜੱਟ ਝੋਟਾ ਐਵੇਂ ਨਹੀਂ ਕਹਿੰਦੇ, ਆਓ ਕਿੱਥੋਂ ਕੋਈ ਕਰੂਗਾ ਮੁਕਾਬਲੇ ਆ, ਗੱਲ ਪੱਥਰ ਤੇ ਲੀਕ ਮੇਰੀ ਲਿਖਵਾਏ, ਤੁਸੀਂ ਲੋਕਾਂ ਨਾਲ ਬੀਵੀ ਗਾਣੇ ਕੱਢਦੇ ਆ, ਤੁਹਾਡੇ ਬੀਆਂ ਦੇ ਬਰਾਬਰ ਮੇਰਾ ਇੱਕੋ ਏ, ਸਭ ਨੂੰ ਪਤਾ ਹੀ ਆ ਯਾਰ, ਚਾਹੇ ਕੋਈ ਜਿੰਨਾ ਮਰਜ਼ੀ ਘੈਂਟ ਬਣੀ ਜਾਵੇ, ਠੀਕ ਆ ਵੀ ਆਪਾਂ ਆਹ ਕਰ ਲਾਂਗੇ, ਆਹ ਗਾਣੇ ਦੇ ਦਾਂਗੇ, ਜੋ ਕਰ ਲਾਂਗੇ, ਨਹੀਂ ਕਰ ਸਕਦੇ, ਸਹੀ ਆ। ਇੱਕ ਆਰਟਿਸਟ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਉਹ ਨਾ ਬੰਦਾ ਯਾਰ ਮਤਲਬ ਬਿਨਾਂ ਵਜ੍ਹਾ ਤੋਂ ਮੈਂ ਦੇਖਿਆ ਉਹ ਨਜਾਇਜ਼ ਜੀ ਫੀਲਿੰਗ ਚੱਕ ਲੈਂਦਾ, ਤੇ ਬਾਵੇ ਨੇ ਕਿਹਾ ਸੀਗਾ, ਬਾਵੇ ਬਾਈ ਨੇ ਕਿ ਸਿੱਧੂ ਦਾ ਗਾਣਾ ਅਸੀਂ ਨਹੀਂ ਗਾਣਾ, ਠੀਕ ਆ ਵੀ ਆਪਣਾ ਇੱਦਾਂ ਦਾ ਕਰਕੇ ਵੀ ਉਹਦੇ ਗਾਣੇ ਉਹਨੂੰ ਹੀ ਵਧੀਆ ਲੱਗਦੇ ਆ, ਸਹੀ ਗੱਲ ਆ, ਸਹੀ ਆ, ਤੇ ਉਹੀ ਗਾ ਸਕਦਾ, ਜੇ ਮੈਂ ਵੀ ਉਹਦਾ ਗਾਣਾ ਗਾਊਂਗਾ ਤਾਂ ਮੈਂ ਖਰਾਬ ਕਰ ਦੂੰਗਾ, ਬਾਵੇ ਬਾਈ ਨੂੰ ਰਿਸਪੈਕਟ ਆ, ਠੀਕ ਆ, ਉਹਨੂੰ ਉਹ ਵੀ ਆਪਣਾ ਸਮਝ ਵੀ ਆ ਮਿਊਜ਼ਿਕ ਦੀ, ਸਹੀ ਆ, ਸਭ ਕੁਛ ਆ, ਤੇ ਜਿਹੜੇ ਆਰਟਿਸਟ ਦੀ ਮੈਂ ਗੱਲ ਕਰਦਾ ਉਹਨੂੰ ਗਿਆ ਹੋਣਾ ਕਿਤੇ ਲਾਈਵ ਲਾਉਣ, ਉਹਨੂੰ ਕਹਿੰਦੇ ਵੀ ਸਿੱਧੂ ਦਾ ਗਾਣਾ ਗਾ ਬਈ, ਸਿੱਧੂ ਦਾ ਗਾਣਾ ਗਾ ਜੀ, ਕਹਿੰਦੇ ਹਾਂ ਠੀਕ ਆ, ਸਿੱਧੂ ਦਾ ਗਾਣਾ ਕਿਹੜਾ ਸੁਣਨਾ, ਗਾ ਦਿੰਦੇ ਆ, ਕਹਿੰਦਾ ਇੱਕ ਬੰਦਾ ਕਹਿੰਦਾ ਬਾਵੇ ਰਣਜੀਤ, ਕਹਿੰਦਾ ਬਾਵੇ ਨੇ ਕਿਹਾ ਸੀ ਕਿ ਸਿੱਧੂ ਦਾ ਗਾਣਾ ਵੀ ਆਪਾਂ ਗਾ ਕੇ ਖਰਾਬ ਨਹੀਂ ਕਰਨਾ, ਵੀ ਕਈ ਗਾਉਂਦੇ ਆ ਵੀ ਗਾਉਣਾ ਨਹੀਂ ਆਉਂਦਾ, ਜੇ ਬੂ ਕਹਿੰਦਾ ਸਾਨੂੰ ਗਾਉਣਾ ਆਉਂਦਾ ਵਾ, ਅਸੀਂ ਗਾ ਕੇ ਵੀ ਦਿਖਾਵਾਂਗੇ, ਉਹਦਾ ਹੱਥ ਆ, ਤੇ ਗੱਲ ਕਰਦਾ ਪਿਆ ਮੈਂ ਉਹਦੀ, ਉਹ ਜਿਹਦੀਆਂ ਦੋ ਕਾਪੀਆਂ, ਜਿਹੜੇ ਦੋ ਕਾਪੀ ਤੁਰੇ ਫਿਰਦੇ ਆ, ਉਸਤਾਦ ਜੀ, ਉਸਤਾਦ ਜੀ, ਅੱਛਾ, ਉਹ ਮਤਲਬ ਕਹਿਣ ਦਾ ਭਾਵ ਯਾਰ ਤੁਸੀਂ ਰਿਸਪੈਕਟ ਦਾ ਦਿਓ ਸਿੱਧੂ, ਉਹਨੇ ਗੱਲ ਬਾਵੇ ਨੇ ਕੀ ਕੀਤੀ ਘੱਟੋ ਘੱਟ ਉਹਦਾ ਦੇਖੋ,
बावे ने गल की सिद्धू के गाने सिद्धू नु शोभदे आ, बावे आले गाने सिद्धू नहीं गा सकता, सरताज भाई जी आले गाने कोई होर सिंगर नहीं गा सकता। गल ए हुई सी, गल किसी नु टोंटबाजी वाली नहीं हुई सी। हाँ जिन्होंने गाना गाया सी सिद्धू दा थले कमेंट बाकी ए आई सी भाई जी गल नहीं बनी ना बननी आ उथे की अड़े होए आ पर लोग ओने ओने ये लत्तां खिचतियां अपना करके दिखाऊंगा। गल पिछले पिछले रिएक्शन दे विच स्पेशल कहा कि ए इंडस्ट्री जो मर्जी हो जाए इंडस्ट्री दे विच कदे भी इकट्ठी नहीं हो सकदी, नाले एडा वड्डा घट सब एडा वड्डा की सब तो वड्डा घाटा पेंडा इंडस्ट्री दी रीढ़ दी हड्डी टुट्टी आ, फिर भी किसे नूं कोई फर्क ही नहीं ना पैणा इन्हां नूं 10 साल पिछे चल गए इन्हां नूं सिर्फ इन्हां नूं सिर्फ यही आ जब जिन्ने देर अपने ते नहीं पैंदी ना इन्हां दे उन्नी चिर जो अपने ते पैंदी आ उदों पोस्टां देखण वाली आउंदियां फैन तुसीं साडे भरा हो ताडे नाल ही तुसीं साडा परिवार हो जे वो जदों सब कुछ समूथ चलदा हुंदा वा ठीक आ उदों किसे नूं पुछदे नहीं गार्ड धक्के मारदे फिरदे हुंदे पिछे उदों तां पता उदों लग गया सी जिन्हां गाणा गाया अग्गे तां कहण लग गई भरा तूं वोटां 'च सही आ साडा काम नहीं चलदा साडा काम चल पूगा मतलब खार ही रखणा ही बंदा मनो क्या उहने नहीं सी क्या उदे उन्हें सी हो ओ ओ ओ उदे उन्हें क्या सी का के असी ता गामांगे सानू ता गोना होंदा ओ ने हाँ ओ ओ ता छाड़ ओ ता गाली छाड़ ओ ता गाली की करनी उदी लीली बीली तू का मुकाबले गल पत्थर ते लीक में ओनु लगदा के मैं हूं हां हुण ओ ज्यादा अपने आप च सकल ही दाती आ थोड़ा जे ओनु ए होगा के पता ले रीस दी कड़ी सो ਗੱਲਾਂ ਤੁਸੀਂ ਕਰਦੇ ਹੋ ਟ੍ਰਿਬਿਊਟ ਦੇ ਰਹੇ ਹੋ ਤੁਸੀਂ ਪੋਸਟਾਂ ਪਾ ਰਹੇ ਹੋ ਠੀਕ ਆ ਇਹ ਹੋ ਗਿਆ ਉਹ ਹੋ ਗਿਆ ਬਾਈ ਜੀ ਇਕੱਲੇ ਇੱਕ ਪੋਸਟ ਪਾਉਣ ਨਾਲ ਇਹ ਕਿ ਤੁਹਾਡੀਆਂ ਸਾਈਡਾਂ ਨਹੀਂ ਦੇਖ ਜਾਣੀਆਂ ਕਿ ਤੁਸੀਂ ਖੜੇ ਹੋ ਨਾਲ ਵਾਕਿਆ ਬਾਵੇ ਬਾਈ ਨੇ ਸੱਚੀ ਗੱਲ ਕਹੀ ਅੱਜ ਤਾਂ ਗਾਲਾਂ ਦੇ ਬਚਨ ਤੋਂ ਬਾਈ ਪਾਈ ਜਾਂਦੇ ਆ ਪੱਕੀ ਗੱਲ ਆ ਅੰਦਰੋਂ ਦਿਲਾਂ 'ਚ ਖੋਟ ਨੇ ਦੌੜ ਚ ਨੀ ਭੱਜਦੇ ਰੌਲਾ ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨੀ ਸਿੱਧੂ ਨੇ ਗੱਲ ਕਹੀ ਵੀ ਸੀ ਕਹਿੰਦਾ ਤੁਹਾਡੇ ਕਹਿੰਦਾ ਆਪਣੀ ਇੰਡਸਟਰੀ ਦਾ ਮੈਂ ਸਮਝਦੀ ਨੀ ਕੁਝ ਕਹਿੰਦਾ ਮੇਰਾ ਕੰਪੀਟੀਸ਼ਨ ਨਾ ਇੰਟਰਨੈਸ਼ਨਲ ਉਹ ਯਾਰ ਇਹ ਉਹ ਇਹੀ ਗੱਲ ਹਜੇ ਵੀ ਕਹਿੰਦਾ ਸੀ ਜਦੋਂ ਕਿ ਕੋਈ ਕੰਟਰੋਵਰਸੀ ਹੋ ਜਾਂਦੀ ਹੈ ਕੁਝ ਹੁੰਦੀ ਉਹ ਕਹਿੰਦਾ ਸੀ ਕਿ ਆਪਣਾ ਕੋਈ ਹੈ ਹੀ ਨਹੀਂ ਲੜਾਈ ਯੁੱਧ ਜਾਂ ਕੁਛ ਵੀ ਆਪਣੇ 'ਚ ਕੋਈ ਕੰਪੀਟੀਸ਼ਨ ਹੈ ਹੀ ਨਹੀਂ ਮੁਕਾਬਲਾ ਹੈਗਾ ਆਪਣਾ ਬਾਹਰ ਗੋਰੇ ਕਾਲਿਆਂ ਨਾਲ ਉੱਥੇ ਮਿਊਜ਼ਿਕ ਲੈ ਕੇ ਆਉਣਾ ਵੀ ਰੇਸ ਉਹਨਾਂ ਨਾਲ ਆ ਮੇਰੀ ਮੈਂ ਇਹ ਰੇਸ ਦਾ ਘੋੜਾ ਨਹੀਂ ਹੈਗਾ ਤੁਹਾਡੀਆਂ ਦਾ ਤੇ ਵਾਕਈ ਇਹ ਗੱਲ ਸੱਚ ਆ ਬੰਦੇ ਨੇ ਜਿਹੜੀ ਰੇਸ ਦਾ ਘੋੜਾ ਹੈਗਾ ਉੱਥੇ ਆਪਣਾ ਨੰਬਰ 1 ਤੇ ਪ੍ਰੂਵ ਕਰਕੇ ਦਿਖਾਇਆ ਆ ਰੇਸ ਦਾ ਵਾਕਈ ਸੀਗਾ ਨਹੀਂ ਕਿਉਂਕਿ ਤੁਹਾਡੇ ਕੋ ਗਾਣੇ 'ਚ ਸਾਈ ਕਹਿ ਗਿਆ ਨਹੀਂ ਰਲ ਸਕਦਾ ਜੀ ਤੁਹਾਡੇ ਨਹੀਂ ਰਲ ਤੇ ਲਾਈ ਜੜਾ ਚ ਆਉਂਦਾ ਤੇਰਾ ਯਾਰ ਜੀ ਤੇ ਗਾਣੇ 'ਚ ਇਹ ਜੇ ਆਉਂਦੀ ਮਿੱਠੀਏ ਤੇ ਲਾਈ ਜੜਾ ਚ ਆਉਂਦਾ ਤੇਰਾ गाना सत पैर अज भी नी मुकदा धक्का दे के छड़ कोई कर तू सिद्धू मूसे दी कैंड शॉट चेक करी जो धक्का दे के छड़ कोई कर जू वीडियो ਕਲਰ ਹੋ ਕੇ ਨਾਲ ਹੀ ਬਲੈਕ ਐਂਡ ਵਾਈਟ ਹੋ ਜਾਂਦੀ ਆਉ ਪੈਸਿਆਂ ਦੇ ਵੱਟੇ ਜਿਹੜੇ ਵਿਕਦੇ ਆ ਇਹੋ ਜੇ ਵਾੜਾ ਤੇ ਨਹੀਂ ਥੁੱਕਦਾ ਜਦੋਂ ਗੱਲ ਆ ਜਾਏ ਗਰਾਰੀ ਤੇ ਗਾਣਾ ਸੱਤ ਪੈਰਿਆਂ 'ਚ ਵੀ ਨਹੀਂ ਮੁੱਕਦਾ ਆਉ ਧੱਕਾ ਦੇ ਕੇ ਛੱਡ ਕੋਈ ਕਰ ਤੂੰ ਆਉ ਸਿੱਧੂ ਮੂਸੇ ਵਾਲਾ ਕੋਈ ਕਰ ਨਹੀਂ ਜੰਗਾਂ ਵਿੱਚ ਇਹ ਜੇ ਆਉਂਦੀ ਮਿੱਠੀਏ ਤੇ ਲੈ ਜੜਾ ਚੋਂ ਆਉਂਦਾ ਤੇਰਾ ਯਾਰ ਜੰਗਾਂ ਵਿੱਚ ਇਹ ਜੇ ਆਉਂਦੀ ਮਿੱਠੀਏ ਝੋਟਾ ਤੇ ਸਾਂਝ ਜੱਟ ਜਿੱਥੇ ਅੜ ਗਿਆ ਕਹਿੰਦਾ ਉੱਥੇ ਅੜ ਗਿਆ ਜਿੰਨਾ ਟਾਈਮ ਆਪਦੀ ਮਰਜ਼ੀ ਨੀ ਉਨਾ ਟਾਈਮ ਕਹਿੰਦਾ ਕੋਈ ਨੀ ਹਿਲਾ ਸਕਦਾ ਕੋਈ ਨੀ ਪਿੱਛੇ ਕਰ ਸਕਦਾ ਜੇ ਚੁੱਪ ਮੂਰੋ ਬੰਦਾ ਤਾਂ ਭੁਲੇਖੇ ਨਹੀਂ ਰੱਖੀ ਦੇ ਨਾਮ ਲੈ ਕੇ ਠੋਕਦਾ ਏ ਜੱਟ ਸਿੱਧੂ ਮੂਸੇ ਵਾਲਾ ਗਨ ਡਾਊਨ ਕਰਨੇ ਨੂੰ ਮੋਢੇ ਗੈਰਾਂ ਦੇ ਨਹੀਂ ਤੱਕੀ ਦੇ ਚੌੜ ਚੈੱਕ ਕਰਕੇ ਡਾ ਜ਼ਾਲਮ ਲਿਆ ਹੋਇਆ ਲੈਜੈਂਡ ਸਿੱਧੂ ਮੂਸੇ ਵਾਲਾ ਲੈਜੈਂਡ ਵਾਕਈ ਲੈਜੈਂਡ ਬੰਦਾ ਯਾਰ ਸੀਰੀਅਸਲੀ ਰੀਅਲ ਲੈਜੈਂਡ 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 ਸੀਰੀਅਸਲੀ ਮੈਨ
ਉਹ ਗੱਲ ਵੀ ਸੱਚ ਆ ਰੀਲਾਂ ਵਾਲੀ ਫਿਲਮ ਵੀ ਨਾ ਲਾਈਫ ਜੱਟ ਦੀ ਹੋਰ ਟਾਸਕ ਬਥੇਰੇ ਲੇਖੇ ਲਾਉਣੇ ਪੈਂਦੇ ਨੇ ਕੱਲੀ ਰੱਬ ਨੇ ਤਰੱਕੀ ਨਹੀਂ ਉਹ ਦਿੱਤੀ ਜੱਟ ਨੂੰ ਪਰਚੇ ਵੀ ਦਿੱਤੇ ਭਗਤਾਉਣੇ ਪੈਂਦੇ ਨੇ ਸੀਰੀਅਸਲੀ ਮੈਂ ਪਰਚੇ ਵੀ ਦਿੱਤੇ ਜੋ ਉਹ ਭਗਤਾਉਣੇ ਪੈਂਦੇ ਨੇ ਵਾਕਈ ਯਾਰ ਘੈਂਟ ਲਿਰਿਕਸ ਫੁੱਲ ਘੈਂਟ ਮਿਊਜ਼ਿਕ ਹੈ ਨਾ ਅਲੱਗ ਅਲੱਗ ਇਹ ਚੀਜ਼ਾਂ ਕੋਈ ਲੈ ਕੇ ਹੀ ਨਹੀਂ ਆ ਸਕਦਾ ਕਿਸੇ ਦੇ ਮਾਇੰਡ ਦੇ ਵਿੱਚ ਹੀ ਨਹੀਂ ਆ ਸਕਦੀਆਂ ਯਾਰ ਕੱਲੀ ਕੱਲੀ ਇੱਕ ਇੱਕ ਸਕ੍ਰਿਪਟ ਦੀ ਚੀਜ਼ ਵੀ ਅਲੱਗ ਆ ਆਪਣੀ ਆਪਣੇ ਕੱਪੜਿਆਂ ਦੀ ਆ ਜਿਹੜੀ ਫਰ ਵਾਲੀ ਜੈਕਟ ਟ੍ਰੈਂਡ ਚ ਲਾਤਾ ਸੀ ਫਰ ਵਾਲੀ ਜੈਕਟ ਫਰ ਵਾਲੀ ਜੈਕਟ ਜੀਨ ਦੀ ਵਿੱਚ ਸ਼ੇਰ ਜਿਹਾ ਸੀ ਹਾਂ ਉਹ ਦੇਖ ਲੈ ਮਤਲਬ ਯਾਰ ਘੈਂਟ ਚੀਜ਼ ਆ ਹਰ ਇੱਕ ਚੀਜ਼ ਡਿਫਰੈਂਟ ਲੇਨ ਆਪਣੀ ਹਰ ਇੱਕ ਚੀਜ਼ ਘੈਂਟ ਹੋ ਕੇ ਰਿਪੋਰਟ ਦਿਲ ਖੁਸ਼ ਹੋ ਜਾਂਦਾ ਯਾਰ ਮਿਊਜ਼ਿਕ ਸੁਣ ਕੇ ਸਿੱਧੂ ਦਾ ਨਾ ਵਾਕਈ ਜਿੰਨਾ ਮਰਜ਼ੀ ਜਿੰਨੀ ਮਰਜ਼ੀ ਤਾਰੀਫ ਕਰ ਲਓ ਉਨੀ ਥੋੜੀ ਆ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਉਨੀ ਘੱਟ ਆ ਨਾ ਤੇ ਸਾਰੀ ਉਮਰ ਇਦਾਂ ਰਹੂ ਇੱਕ ਕੁਛ ਕੁ ਮੈਂ ਦੇਖਿਆ ਜਿਵੇਂ ਕਮੈਂਟਾਂ ਦੇ ਰਿਪਲਾਈ ਤਾਂ ਹਜੇ ਨਹੀਂ ਕਰਦੇ ਜਿਵੇਂ ਲਾਈਕ ਕਰਕੇ ਮੈਂ ਛੱਡੀ ਜਾਂਦਾ ਕਿਉਂਕਿ ਹੋਰ ਕੰਮ ਦੇ ਵਿੱਚ ਫਸੇ ਹੋਏ ਆ ਨਾ ਤੇ ਇੱਕ ਦੋ ਵਿੱਚ ਆ ਗਏ ਉਹ ਭਰਾਵੋ ਪਹਿਲਾਂ ਗਾਣਾ ਸੁਣ ਲਿਆ ਕਰੋ ਫਿਰ ਵਿੱਚ ਸਪੀਚ ਦੇ ਲਿਆ ਕਰੋ ਗਾਣਾ ਖਤਮ ਹੋਣ ਤੋਂ ਬਾਅਦ ਉਹ ਯਾਰ ਜੇ ਤੁਸੀਂ ਗਾਣਾ ਹੀ ਸੁਣਨਾ ਹੁੰਦਾ ਜਾ ਕੇ ਅਫੀਸ਼ੀਅਲ ਤੇ ਚੈਨਲ ਤੇ ਜਾ ਕੇ ਸੁਣਿਆ ਕਰੋ ਜੇ ਤੁਹਾਨੂੰ ਰਿਐਕਸ਼ਨ ਰਿਵਿਊ ਦਾ ਮਤਲਬ ਹੀ ਨਹੀਂ ਪਤਾ ਕਿ ਰਿਐਕਸ਼ਨ ਚੈਨਲ ਤੇ ਰਿਵਿਊ ਚੈਨਲ ਦਾ ਮਤਲਬ ਕੀ ਆ ਤਾਂ ਕਰਨ ਕੀ ਆਉਂਦੇ ਹੋ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਠੀਕ ਆ ਵੀ ਆ ਕੇ ਦੇਖੋ ਦਾ ਫੜ ਕੇ ਖਿੱਚਦਾ ਪਿਆ ਆਪਦਾ ਇੰਜੋਏ ਕਰੋ ਜਾ ਕੇ ਥੱਲੇ ਡਿਸਕ੍ਰਿਪਸ਼ਨ ਚ ਲਿੰਕ ਵੀ ਦਿੱਤਾ ਹੁੰਦਾ ਜਿੱਥੇ ਓਰੀਜਨਲ ਗਾਣੇ ਦਾ ਲਿੰਕ ਪਾਇਆ ਹੁੰਦਾ ਜਾਓ ਤੁਸੀਂ ਆਪਣੀ ਮਰਜ਼ੀ ਨਾਲ ਪਲੇ ਕਰੋ ਆਪਣੀ ਮਰਜ਼ੀ ਨਾਲ ਸੁਣੋ ਇੰਜੋਏ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਰੋਕੋ ਨਹੀਂ ਦਿਲ ਕਰਦਾ ਨਾ ਰੋਕੋ ਉਹ ਇਹੋ ਜਿਹੇ ਬੰਦੇ ਉਹ ਹੁੰਦੇ ਨੇ ਇਹ ਜੇ ਨਾ ਰੋਕਦੇ ਇਹਨਾਂ ਨੂੰ ਕਹਿੰਦਾ ਬਾਈ ਰੋਕ ਤਾਂ ਲੈਂਦਾ ਦੱਸ ਤਾਂ ਦਿੰਦਾ ਕੁਝ ਬੋਲ ਤਾਂ ਲੈਂਦੇ ਉਹ ਹੈਗੇ ਤਾਂ ਉਹੀ ਨੇ ਪਤਾ ਹੀ ਹੈਗੇ ਤਾਂ ਉਹੀ ਨੇ ਪਰ ਓਦਾਂ ਗੱਲ ਕਰਦਾ ਕਿ ਘੱਟੋ ਘੱਟ ਮਤਲਬ ਹੈਗੇ ਵੀ ਆਪਣੇ ਹੀ ਨੇ ਇਹ ਛੱਡ ਬਾਹਰਲੇ ਨੀ ਗੇ ਹੈਗੇ ਵੀ ਆਪਣੇ ਹੀ ਨੇ ਉਹ ਗੋਰੇ ਕਾਲਿਆਂ ਦੇ ਰਿਐਕਸ਼ਨ ਵੀ ਦੇਖਦੇ ਹੋਣਗੇ ਉਹ ਪੱਕਾ 100% ਸਿੱਧੂ ਦੇ ਗਾਣਿਆਂ ਤੇ ਜਾਂ ਕਿਸੇ ਦੇ ਗਾਣਿਆਂ ਤੇ ਜਿਨ੍ਹਾਂ ਦੇ ਨਾ ਗੋਰਿਆਂ ਨੂੰ ਸਮਝ ਆਉਂਦੀ ਹੈ ਕੁਛ ਨਾ ਕੁਛ ਮਿਊਜ਼ਿਕ ਜਾਂ ਸਿੱਧੂ ਸਿੱਧੂ ਕਰ ਦਿੰਦੇ ਆ ਬਸ ਉਹਨਾਂ ਦੇ ਥੱਲੇ ਕਮੈਂਟ ਕਰਦੇ ਜਾ ਕੇ ਕਿ ਉਹ ਬ੍ਰਦਰ ਘੈਂਟ ਅੱਤ ਸਿੱਧੂ ਲੈਜੈਂਡ ਸਾਡਾ ਭਰਾ ਉਹਨਾਂ ਦੇ ਉਹ ਕਰਦੇ ਤੇ ਇੱਥੇ ਆਪਣੇ ਵਾਲੇ ਜੇ ਕੋਈ ਗੱਲਾਂ ਦੱਸਦੇ ਪਏ ਆ ਕੰਮ ਦੀਆਂ ਠੀਕ ਆ ਜੇ ਕੋਈ ਜਨਰਲ ਨੌਲੇਜ ਵਾਲੀ ਗੱਲ ਦੱਸਦੇ ਆ ਸਪੀਚ ਭਰਾਵਾ ਆਪਣੀ ਬਾਅਦ ਚ ਦੇ ਲਿਆ ਕਰੋ ਪਹਿਲਾਂ ਗਾਣਾ ਸੁਣ ਲਿਆ ਕਰੋ ਸਰ ਮੈਂ ਤਾਂ ਕਮੈਂਟ ਮੈਂ ਕਿਹਾ ਭਰਾਵਾ ਤੈਨੂੰ ਕਿਹਾ ਕਿਸੇ ਨੇ ਦੇਖਣ ਨੂੰ ਇਹ ਜੇ ਲੋਕਾਂ ਕਰਕੇ ਕਈਆਂ ਕਰਕੇ ਨਾ ਇਹ ਗੱਲ ਚੱਲਦੀ ਆ ਨਹੀਂ ਤਾਂ ਇਹ ਗੱਲ ਕਹਿਣ ਦੀ ਲੋੜ ਨਾ ਪਵੇ ਕਿ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਬਾਰ ਬਾਰ ਸਕਦੇ ਯਾਰ ਕਦੇ ਨਹੀਂ ਬਹੁਤ ਸ਼ਰਮ ਦੀ ਗੱਲ ਆ ਕਿ ਬਾਰ ਬਾਰ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਚੀਜ਼ ਕਹਿਣੀ ਪੈ ਰਹੀ ਆ ਜਿੰਨਾ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਇਹੀ ਗੱਲ ਦਲਜੀਤ ਬਾਈ ਨੇ ਵੀ ਉੱਤੇ ਲਾਈਵ ਕਾਨਸਰਟ 'ਚ ਕਹੀ ਸੀ ਪਹਿਲਾਂ ਵੀ ਦੱਸਿਆ ਰਿਐਕਸ਼ਨ ਦੇ ਵਿੱਚ ਨਾ ਕੱਲ੍ਹ ਵਾਲੇ 'ਚ ਕਿ ਸਾਰਾ ਕੁਛ ਗਾਣਾ ਗਾ ਕੇ ਟ੍ਰਿਬਿਊਟ ਦੇ ਕੇ ਸਿੱਧੂ ਬਾਈ ਨੂੰ ਸਾਰਾ ਸੰਦੀਪ ਬਾਈ ਨੂੰ ਤੇ ਦੀਪ ਸਿੱਧੂ ਬਾਈ ਨੂੰ ਬਾਅਦ ਚ ਇਹ ਗੱਲ ਕਹਿ ਰਿਹਾ ਕਿ ਇਹ ਵੀ ਇਕੱਠੇ ਹੋ ਜਾਓ ਪੰਜਾਬੀਓ ਕਿ ਆਪਾਂ ਨੂੰ ਪਾੜਨ ਵਾਲੇ ਤਾਂ ਪਹਿਲਾਂ ਹੀ ਬਹੁਤ ਜਣਿਆਂ ਦਾ ਜ਼ੋਰ ਲੱਗਿਆ ਹੋਇਆ ਸਹੀ ਗੱਲ ਤੇ ਇੱਥੇ ਆਪਣੇ ਹੀ ਕਮੈਂਟ ਕਰਨ ਲੱਗੇ ਹੋਏ ਆ ਥੱਲੇ ਭਰਾਵਾ ਹੋਰ ਤਾਂ ਕਿਹਨਾਂ ਨੇ ਕਹਿੰਦੇ ਆਪਣੇ ਹੀ ਕਿ ਪਹਿਲਾਂ ਭਰਾਵਾ ਗਾਣਾ ਸੁਣ ਲਿਆ ਕਰੋ ਭਰਾਵਾ ਰੋਕਿਆ ਨਾ ਕਰੋ ਯਾਰ ਹੱਦ ਹੋ ਗਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਗਾਣਾ ਚੱਲਦਾ ਪਿਆ ਸਿਰ ਹਿਲਾ ਦਿਆ ਕਰਾਂਗੇ ਠੀਕ ਆ ਕਿੱਦਾਂ ਲੱਗੀ ਵੀਡੀਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਠੀਕ ਆ ਧੰਨਵਾਦ ਫਿਰ ਤਾਂ ਫਿਰ ਤੁਸੀਂ ਪਤਾ ਕੀ ਕਮੈਂਟ ਕਰਨਾ ਆਹ ਕੀ ਜਬੜੀਆਂ ਮਾਰੀ ਜਾਂਦੇ ਹੋ ਬਾਈ ਠੀਕ ਆ ਆਹੀ ਕੋ ਕਰਨਾ ਤਾਂ ਕੋਈ ਸਮਝਾ ਵੀ ਦਿਆ ਕਰੋ ਕੋਈ ਗੱਲ ਆ ਕੇ ਵਿਹਲੇ ਬਹਿ ਕੇ ਚਲੇ ਜਾਂਦੇ ਹੋ ਗੱਲਾਂ ਮਾਰ ਕੇ ਮੁੱਕ ਦੀ ਗੱਲ ਆਹੀ ਸਿੱਧੂ ਦਾ ਗਾਣਾ ਗਾਣੇ ਵਾਂਗੂ ਸੁਣਦੇ ਹੀ ਨਹੀਂ ਆਹੀ ਉਹ ਸਮਝਦੇ ਆ ਤਾਂ ਪੂਰਾ ਫੀਲ ਲੈ ਕੇ ਸੁਣੀਦਾ ਚਾਹੇ ਸਾਡੀ ਵੀਡੀਓ ਉਦਾਂ ਰਿਐਕਸ਼ਨ ਚੈਨਲ ਤੇ ਵੀਡੀਓ ਮੈਕਸੀਮਮ 10 ਮਿੰਟ ਦੀ 8 ਵੱਡੀ ਵੀਡੀਓ ਵੱਧ ਤੋਂ ਵੱਧ 11 12 10 ਮਿੰਟ ਦੀ ਹੁੰਦੀ ਆ ਸਾਡੀਆਂ ਵੀਡੀਓ 20 20 22 22 ਮਿੰਟ ਦੀਆਂ ਕਿਉਂ ਨੇ ਜੇ ਅਸੀਂ ਕਿਸੇ ਲਾਲਚ ਨੂੰ ਬਣਾਉਣੀ ਆ ਉਹਨਾਂ ਵੀਡੀਓ ਤਾਂ 10 ਮਿੰਟ ਦੇ ਹਿਸਾਬ ਨਾਲ ਹੀ 10 ਵੀਡੀਓ ਬਣਾ ਕੇ ਦਿਨ ਦੇ ਵਿੱਚ 5 5 ਸਿੱਟ ਦੀਏ ਜੇ ਅਸੀਂ ਪੈਸੇ ਕੂਏ ਚਾਪਣ ਦੇ ਹੋਈਏ 6 7 ਮਿੰਟ ਦੀ ਬਣਾ ਕੇ ਛੱਡ ਦੇਣੀ 33 33 ਮਿੰਟ ਦੀ ਵੀ ਬਣਾਈ ਆ 33 ਸਭ ਤੋਂ ਵੱਧ ਵਧੀਆ ਰਿਸਪੌਂਸ ਵੀ ਉਸ ਗਾਣੇ ਨੂੰ ਆਇਆ ਹੋਇਆ ਨਾਲੇ ਕਿਉਂਕਿ ਗਾਣੇ ਨੂੰ ਸੁਣਦੇ ਨਹੀਂ ਆਈ ਵਿੱਚ ਪੂਰਾ ਬੜ ਜਾਈ ਆ ਗਾਣੇ ਦੇ ਡੀਪਲੀ ਅੰਦਰ ਜਾ ਕੇ ਪ੍ਰੋਪਰ ਉਹਨੂੰ ਦੇਖਦੇ ਆ ਵੀ ਲਿਰਿਕਸ ਦਾ ਮਤਲਬ ਕੀ ਆ ਜਿੱਥੇ ਗੱਲ ਕਿਹੜੀ ਕੀਤੀ ਆ ਵੀਡੀਓ ਦੇ ਵਿੱਚ ਆਹ ਚੀਜ਼ ਕਿਉਂ ਲਿੱਤੀ ਆ ਮਿਊਜ਼ਿਕ ਦੇ ਵਿੱਚ ਆਹ ਚੀਜ਼ਾਂ ਕਿਵੇਂ ਯੂਜ਼ ਕੀਤੀਆਂ ਹੁਣ ਕਿਸੇ ਨੇ ਮੈਨੂੰ ਨਹੀਂ ਲੱਗਦਾ 100% ਚੋਂ 40% 50% ਲੋਕਾਂ ਨੇ ਉਹ ਚੀਜ਼ ਦੇਖੀ ਹੋਣੀ ਬਾਕੀਆਂ ਨੇ ਨਹੀਂ ਫੀਲ ਕੀਤੀ ਹੋਣੀ ਜਾਂ ਨਹੀਂ ਨੋਟਿਸ ਕੀਤੀ ਹੋਣੀ ਜਿਵੇਂ ਉਹ ਧੱਕਾ ਦੇ ਕੇ ਸਾਈਡ ਕੋਈ 1 ਸੈਕਿੰਡ ਦਾ ਸ਼ਾਰਟ ਵੀ ਐਨੀ ਉਹ ਕਲਰ ਹੋ ਕੇ ਬਲੈਕ ਹੋ ਜਾਂਦਾ ਉਹ ਚੀਜ਼ ਵਿੱਚ ਪਾਈ ਹੋਈ ਆ ਇਫੈਕਟ ਕਿੱਡੀ ਘੈਂਟ ਲੱਗਦੀ ਆ ਗਾਣਾ ਸ਼ੁਰੂ ਹੋਣ ਦੇ ਵਿੱਚ ਉਹ ਇਫੈਕਟ ਪਾਇਆ ਹੋਇਆ ਵਾ ਇਹ ਚੀਜ਼ਾਂ ਨੋਟਿਸ ਕਰਨੀਆਂ ਕਿੰਨੀਆਂ ਲੈਣਾ ਸੁਣਨਾ ਮਤਲਬ ਨਹੀਂ ਹੁੰਦਾ ਗਾਣੇ ਦਾ ਕਿੰਨੀਆਂ ਲੈਣਾ ਸੁਣ ਕੇ ਜਾਂ ਉਹੀ ਸਿੱਧੂ ਆ ਗਿਆ ਹੈ ਨਾ ਤਾਂ ਉਹੀ ਕਹੀ ਜਾਣਾ ਆ ਬਾਈ ਸਿੱਧੂ ਦਾ ਗਾਣਾ ਬੜਾ ਘੈਂਟ ਆ ਘੱਟੋ ਘੱਟ ਦੀ ਗਾਣੇ ਦਾ ਮਤਲਬ ਤਾਂ ਦੇਖ ਲਓ ਕਹਿ ਕੀ ਰਿਹਾ ਉਸ ਬੰਦੇ ਨੇ ਕਿਹੜੇ ਟਾਈਮ ਦੇ ਵਿੱਚ ਕਹਿਦਾ ਯੰਗਾਂ ਵਿੱਚ ਏਜ ਆਉਂਦੀ ਆ ਹਜੇ ਪਰ ਲੈਜੈਂਡਾਂ ਦੇ ਵਿੱਚ ਨਾਮ ਵੀ ਆਉਂਦਾ ਝੋਟੇ ਦਾ ਪੱਕੀ ਗੱਲ ਸਹੀ ਆ
ਇਹ ਕਿਹੜੀ ਚੀਜ਼ ਨੂੰ ਲੈ ਕੇ ਗਿਆ ਬੰਦੇ ਨੇ ਆਪਣੇ ਕੰਮ ਦੇ ਪ੍ਰਤੀ ਜਿਹੜਾ ਫੋਕਸ ਸੀ ਇਮਾਨਦਾਰੀ ਸੀ ਠੀਕ ਆ ਕੰਮ ਦੇ ਲਈ ਉਹ ਆਪਣਾ ਇੰਨਾ ਮਤਲਬ ਸਟਰਗਲ ਕੀਤਾ ਉਹਨੇ ਉਹਨੂੰ ਆਪਣੇ ਤੇ ਇੰਨਾ ਵਿਸ਼ਵਾਸ ਸੀ ਕਿ ਹਾਂ ਵੀ ਮੈਂ ਲੈਜੈਂਡ ਕਹਾਉਂਗਾ ਤੇ ਉਹ ਕਹਾਇਆ ਬੰਦੇ ਨੇ ਠੀਕ ਆ ਦੁਨੀਆ ਕਹਿੰਦੀ ਆ ਇਕੱਲੇ ਤੁਸੀਂ ਮੈਂ ਨਹੀਂ ਕਹਿੰਦੇ ਹਨਾ ਸੋ ਐਵੇਂ ਬੇਫਾਲਤੂ ਤੇ ਕਮੈਂਟ ਕਰਨ ਦੀ ਕੋਈ ਲੋੜ ਨਹੀਂ ਨਾ ਦੇਖੋ ਭਰਾਵਾ ਜੀ ਨਹੀਂ ਦੇਖਣੀ ਵੀਡੀਓ ਨਾ ਦੇਖੋ ਕੋਈ ਚੱਕਰ ਨਹੀਂ ਨਾਲੇ ਸਿੱਧੂ ਦੇ ਗਾਣੇ ਤਾਂ ਉਦਾਂ ਹੀ ਨਾ ਨੈਗੇਟਿਵਿਟੀ ਫਲਾ ਭਰਾ ਪਲੀਜ਼ ਰਿਕਵੈਸਟ ਆ ਨਹੀਂ ਵਧੀਆ ਲੱਗਦਾ ਅਸੀਂ ਨਹੀਂ ਵਧੀਆ ਲੱਗਦੇ ਤੂੰ ਅਨਸਬਸਕ੍ਰਾਈਬ ਕਰ ਯਾਰ ਸਾਨੂੰ ਚਾਹੀਦਾ ਸਬਸਕ੍ਰਾਈਬ ਕੀਤਾ ਹੀ ਨਹੀਂ ਹੋਰ ਜੱਟ ਮੈਂ ਦੇਖਿਆ ਖੋਲ ਕੇ ਨਾ ਸਰਚ ਕਰਕੇ ਤੂੰ ਇੰਨਾ ਵਿਹਲਾ ਬੰਦਾ ਯਾਰ ਤੂੰ ਸਰਚ ਕਰਕੇ ਮੇਰੇ ਕੋਲ ਹੋਰ ਤੋਂ ਹੋਰ ਸਕਰੀਨਸ਼ਾਟ ਵੀ ਲਿਆ ਪਿਆ ਵਾ ਜ਼ੀਰੋ ਸਬਸਕ੍ਰਾਈਬਰ ਆ ਕਮੈਂਟ ਕਰਦਾ ਪਿਆ ਦੋ ਜਿਹਨੇ ਦੋ ਤਿੰਨ ਨੇ ਕਮੈਂਟ ਕੀਤੇ ਸਾਰਿਆਂ ਦੇ ਜ਼ੀਰੋ ਸਬਸਕ੍ਰਾਈਬਰ ਓਏ ਉਹੀ ਨੇ ਜਾਣ ਕੇ ਖੜੇ ਕੀਤੇ ਹੋਏ ਉਹਨਾਂ ਦੇ ਹੁਣੇ ਆ ਇਹ ਲੱਖ ਦੇ ਲਾਣਤ ਤੁਹਾਡੇ ਤੇ ਭਰਾਵਾ ਚਲੋ ਕੋਈ ਚੱਕਰ ਨਹੀਂ ਸਵਾਲ ਡਰ ਪੈ ਗਿਆ ਹਜੇ ਤਾਂ ਸ਼ੁਰੂ ਵੀ ਨਹੀਂ ਕੀਤਾ ਕੰਮ ਹਜੇ ਤਾਂ ਥੋੜੇ ਜੇ ਅੰਦਰੋਂ ਹੀ ਸਾਈਡ ਚੱਲਦੇ ਪਏ ਆ ਫਲੋ ਚ ਇੰਨੀ ਜੇ ਜਿੱਦਾਂ ਪਹਿਲਾਂ ਤਿੰਨ ਤਿੰਨ ਚਾਰ ਚਾਰ ਵੀਡੀਓ ਸਿੱਟਣ ਲੱਗ ਗਏ ਸੀ ਜੇ ਉਵੇਂ ਸਿੱਟਣ ਲੱਗ ਗਏ ਫਿਰ ਤਾਂ ਮੈਨੂੰ ਲੱਗਦਾ ਕੰਮ ਹੀ ਇਹਨਾਂ ਨੇ ਦੂਜਾ ਕਰਾ ਦੇਣਾ ਬਾਕੀ ਭੁੱਲਿਆਉਣਾ ਵੀ ਵਾਂਟ ਜਸਟਿਸ ਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਕੀ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਘੰਟੀ ਵਾਲਾ ਬਟਨ ਨਾ ਵੀ ਦੱਬਿਓ ਕੋਈ ਚੱਕਰ ਨਹੀਂ ਅਡੀਓਸ ਅਮੀਗੋ ਜੇ ਜੱਟਾ ਤੂੰ ਜਹਾਂ ਨੌਕਰੀਆ ਦਿਲਾਂ ਵਿੱਚ ਯਾਰਾਂ ਦੇ ਆਬਾਦ ਰਹੇਗਾ।